ਚੜ੍ਹਦੇ ਸੂਰਜ ਵਾਂਗੂ ਹਰ ਕਿਸੇ ਦੀ ਚੜ੍ਹਾਈ ਹੋਵੇ, ਖੁਸ਼ੀਆਂ ਨਾਲ ਬੀਤੇ ਦਿਨ ਤੇਰਾ ਰੱਬ ਸਾਰਿਆਂ 'ਤੇ ਸਹਾਈ ਹੋਵੇ, ਕਦੇ ਪੈਣ ਨਾ ਵਿਛੋੜੇ ਨਾ ਕਦੇ ਕਿਸੇ ਦੀ ਕਿਸੇ ਨਾਲ ਰਸਵਾਈ ਹੋਵੇ। ਅੱਜ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਸੋ ਲਓ ਜੀ, ਅੱਜ ਅਸੀਂ ਨਵੇਂ ਸਾਲ ਦੇ ਉੱਤੇ ਇੱਕ ਬਹੁਤ ਹੀ ਨੇਕ ਕੰਮ ਕਰਨ ਜਾ ਰਹੇ ਹਾਂ। ਇਹ ਜੋ ਤੁਸੀਂ ਪਿੱਛੇ ਗੱਡੀਆਂ ਦੇਖ ਰਹੇ ਹੋ ਜੀ, ਇਹਨਾਂ ਦੇ ਵਿੱਚ ਅੱਛੀ ਕੁਆਲਿਟੀ ਦੇ ਕੰਬਲ ਨੇ। ਇਹ ਆਹ ਦੇਖੋ ਜੀ, ਇੱਧਰ ਕੰਬਲ, ਅਤੇ ਆਹ ਦੇਖੋ ਜੀ ਇੱਧਰ ਜੁਰਾਬਾਂ, ਅਤੇ ਇਹ ਹੈਗੀਆਂ ਨੇ ਜੀ ਟੋਪੀਆਂ। ਇਹ 300 ਪੀਸ ਨੇ ਜੋ ਕਿ ਜ਼ਰੂਰਤਮੰਦ ਲੋਕਾਂ ਨੂੰ ਅੱਜ ਅਸੀਂ ਵੰਡ ਕੇ ਆਉਣੇ ਹੈ। ਜਿਵੇਂ ਕੋਈ ਝੁੱਗੀ ਝੌਂਪੜੀ ਆ, ਕੋਈ ਬੱਸ ਸਟੈਂਡ 'ਤੇ, ਕੋਈ ਰਿਕਸ਼ੇ ਵਾਲੇ, ਕੋਈ ਰੇਹੜੀ ਵਾਲੇ, ਕੋਈ ਹੋਸਪਿਟਲਾਂ ਦੇ ਬਾਹਰ। ਔਰ ਇਹ ਜੋ ਕੰਬਲ ਨੇ ਜੀ, ਇਹ ਕੰਬਲ ਜੀ ਸਾਨੂੰ USA ਤੋਂ ਭੇਜੇ ਨੇ, ਔਰ ਜਿਹੜੇ ਸੱਜਣ ਨੇ ਭੇਜੇ ਨੇ ਜੀ, ਉਹਨਾਂ ਦਾ ਨਾਮ ਹੈਗਾ ਜੀ ਬ੍ਰਿਜ ਡਸੌਰ, ਜੋ ਕਿ ਸਾਨਿਆਵਾਲ ਦੇ ਰਹਿਣ ਵਾਲੇ ਨੇ, ਔਰ ਅਸੀਂ ਹੈਗੇ ਹਾਂ ਜੀ ਦਰਾਹੇ ਦੇ। ਔਰ ਉਹ ਅਕਸਰ ਜੀ ਇੰਡੀਆ ਦੇ ਵਿੱਚ ਆਉਂਦੇ ਨੇ ਹਰ ਸਾਲ, ਔਰ ਕੋਈ ਨਾ ਕੋਈ ਨੇਕ ਕੰਮ ਉਹ ਇੱਥੇ ਆ ਕੇ ਕਰਦੇ ਨੇ। ਸੋ 3 ਸਾਲਾਂ ਤੋਂ ਕਰੋਨਾ ਦੇ ਕਰਕੇ ਉਹ ਇੰਡੀਆ ਦੇ ਵਿੱਚ ਨਹੀਂ ਆ ਰਹੇ ਹੈਗੇ, ਸੋ ਉਹਨਾਂ ਨੇ ਇਹ ਨੇਕ ਕੰਮ ਦੀ ਡਿਊਟੀ ਉਹਨਾਂ ਨੇ ਮੇਲ ਕਰ ਰੱਖੀ ਆ। ਇੱਧਰ ਮੇਰੇ ਨਾਲ ਹੈਗੇ ਨੇ ਜੀ ਸਰਵ ਸ਼ੋਸ਼ਿਤ ਸਮਾਜ ਸੰਘ ਜ਼ੀਰਕਪੁਰ ਤੋਂ ਸਾਡੇ ਨੇਤਰ ਜੀ, ਔਰ ਇੱਧਰ ਸਾਡੇ ਨਾਲ ਹੈਗੇ ਨੇ ਜੀ ਵੂਮੈਨ ਪਾਵਰ ਸੁਸਾਇਟੀ ਤੋਂ ਮੈਡਮ ਮੋਨਿਕਾ ਜੀ, ਔਰ ਇੱਧਰ ਹੈਗੇ ਨੇ ਜੀ ਸੋਸ਼ਲ ਵਰਕਰ ਮੈਡਮ ਮਿਲੀ ਜੀ, ਔਰ ਇੱਧਰ ਹੈਗੇ ਨੇ ਜੀ ਸਰੀਤਾ ਜੀ, ਇਹ ਵੀ ਆਪਣਾ ਬਹੁਤ ਵੱਡੇ ਸੋਸ਼ਲ ਵਰਕਰ ਨੇ। ਸੋ ਅੱਜ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਜ਼ਰੂਰਤਮੰਦ ਲੋਕਾਂ ਨੂੰ ਇਹ ਕੰਬਲ ਦੇਵਾਂਗੇ। ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ, ਕੜਾਕੇ ਦੀ ਠੰਡ ਪੈ ਰਹੀ ਹੈ, ਔਰ ਅੱਜ ਇੱਥੇ ਬਰਸਾਤ ਹੋਈ ਹੈ, ਅਤੇ ਇਸ ਵਕਤ ਮੈਂ ਹੈਗਾ ਜੀ ਹੋਮਲੈਂਡ ਮੋਹਾਲੀ, ਔਰ ਮੋਹਾਲੀ ਦੇ ਸਾਹਮਣੇ ਇੱਕ ਝੁੱਗੀ ਝੌਂਪੜੀਆਂ ਨੇ, ਜਿਸ ਨੂੰ ਕਿ ਸਰਕਾਰ ਨੇ ਕਹਿਤਾ ਆ ਕਿ ਇਹ 15 ਦਿਨਾਂ ਦੇ ਵਿੱਚ ਵਿੱਚ ਇੱਥੋਂ ਦੀ ਢਾਹ ਦਿੱਤੀਆਂ ਜਾਣਗੀਆਂ। ਭਈਆ ਕਿਆ ਬੋਲਾ ਆਪਕਾ ਸਰਕਾਰ ਨੇ ਕਿ ਜੇ ਹਟਾ ਦੀ ਜਾਏਗੀ ਝੁੱਗੀ ਝੌਂਪੜੀਆਂ? ਹਟਾ ਦਿਆ ਸਰ, ਕਹਾਂ ਜਾਓਗੇ? ਕਿਆ ਪਤਾ, ਛੋੜ ਦੋ, ਕਹਾਂ ਜਾਓਗੇ ਸਰ?